ਓਏ ਥਈ ਛਾਂ ਤੇ ਥਲੀਆਂ ਰਹੋ ਤੇ ਉਹ ਸਾਥਿਆ ਭਜਾ ਭਜਾ ਤੇ ਮੇਰੀ ਵਰਾ ਨਹੀਂ ਪਿਆ ਛੇਂਦੀਆਂ। ਵਾਲੇਕੁਮ ਅਸਲਾਮ। ਹੁਣ ਇੱਥੋਂ ਜਿਹੜੀ ਹੱਲੀ ਨਾ ਮੈਂ ਡਾਂ ਨਾਲ ਉਹਨੂੰ ਲੰਮਿਆਂ ਥਾਰ ਦੇਣਾ। ਮੈਨੂੰ ਤਾਂ ਪਤਾ ਲੱਗਾ ਤੂੰ ਸਾਰੀ ਖਰਾਬ ਇੱਥੇ ਆਲੇ ਦੱਸਦੇ ਪਿਆ ਤੂੰ ਸਿਰਫ ਅੱਥੀ ਦਾ ਨਾਂ ਲੈਂਦੀ ਪਈ। ਮੈਂ ਬਾਵਾ ਸਾਰੀ ਖਰਾਬ ਆ ਨਾ ਤੇਰੀ ਮੈਂ ਕੁਝ ਨਹੀਂ ਲੱਗਦੀ ਤੂੰ ਸਿਰਫ ਆਪਣੇ ਗੜ ਨੂੰ ਸਾਂਭ। ਮੇਰਾ ਤੇ ਨੱਤ ਬੰਦਾ ਪਿਆ ਜਾਂ ਮੈਂ ਲੰਡਣਾ ਸਾਰੇ ਜੂਸੇ ਤੇ ਰੱਥੂ ਇਤਨਾ ਇੱਕ ਦੇ ਚਾ ਦੁੱਧ ਦੇ ਚਾ ਭਲਾ ਉਸੀ ਤੇਰਾ ਸਿਆਣੇ ਦਲੀ ਦੇ ਤਸ ਦੀ ਵੀ ਲੋੜ ਪੈਣ ਜਾਂਦੀ ਹੈ ਤਲੀ ਵੀ ਥੰਮ ਆ ਜਾਂਦੀ ਅੱਧ ਬਾਲਣ ਵਾਸਤੇ। ਹੁਣ ਤੈਨੂੰ ਉਹ ਮਹਿੰਦਣਾ ਵਾਲੇ ਤੇ ਮੂਸ਼ਾ ਤਾਲੇ ਨਾਲ ਤੰਮ ਪੈ ਦਿਆ ਜਾਂ ਨਹੀਂ ਪੈ ਦਿਆ? ਮਜਬੂਰੀ ਹੋਰ ਥੇ ਚ ਹੈ ਕੋ ਨਹੀਂ ਕਿਸੇ ਕੋਲ ਦੋ ਦੇਵਣਾ ਤੇ ਭਲਾ ਸੀ ਨਾ ਨੌ ਦੇਵਣਾ ਤੇ ਮੁੰਡੂ ਨਾ ਦੇ ਮੈਂ ਕਿਦਾਂ ਹੋਰ ਤੋਂ ਪਤਾ ਕਰ ਲਈ ਸਾ ਇਸ ਦੇ ਨਾ ਇਸੇ ਮਜਬੂਰੀ ਨਾਲ ਤੋਂ ਸਾ ਸਾ ਲੋਲੀ ਛੱਡ ਜਾਵਣਾ ਏਡੇ ਮੇਰੇ ਬਹਿੜੇ ਨਸੀਬ ਨਹੀਂ ਕਿ ਤੈਨੂੰ ਉਹ ਪੈਸਾ ਬੜੀ ਭੈੜੀ ਚੀਜ਼ ਸੀ ਪੈਸਾ ਪੈਸਾ ਇਮਾਨ ਨੂੰ ਨਾ ਦੁਲਾ ਦਿੰਦਾ ਹੀ ਤੈਨੂੰ ਮੈਂ ਦੱਲ ਦੱਸਾਂ ਉਹ ਵੀ ਪੈਸੇ ਦੀ ਤੂੰ ਗੱਲ ਕਰ ਤੇ ਤੂੰ ਬੰਦਾ ਕਰੇ ਉਹ ਜਿਹਦੇ ਬੋਝੇ ਚੁਦਾਰ ਪੈ ਦੀ ਵੀ ਉਮੀਦ ਕੋ ਨਹੀਂ ਵੀ ਇਹਦੇ ਚੁਦਾਰ ਪੈ ਵੀ ਮੇਨੇ ਗੱਲਾਂ ਨਾ ਸੁਣਾ। ਚਲੋ ਵੱਧ ਜਾ ਅਸੀਂ ਤੇਰਾ ਤੈਨੂੰ ਸਾਥਿਆ ਇੱਥੇ ਜਿੰਦੀ ਡੱਸੀ ਥਲਿਆ ਲੈਨੇ ਆ ਵਿਦਾਲ ਜਿਹੜੀ ਆ ਤੈਨੂੰ ਉਹ ਥਲੂ ਦੱਸੇਂਦਾ ਫੇ ਤੇ ਮੈਂ ਤੇਰੀ ਗੱਲਾਂ ਜਿਹੜੀਆਂ ਨੇ ਇਹਦੂ ਸੁਣੀਏ ਇਹਦੂ ਘੱਟ ਛੱਡੀ ਅੱਲਾ ਪਾਕ ਦੋ ਕੰਨ ਦਿੱਤੇ ਨੇ ਇਹਦੂ ਸੁਣੀਏ ਇਹਦੂ ਘੱਟ ਛੱਡੀ ਤੇਰੀ ਗੱਲ ਮੈਂ ਜ਼ਿਹਨ ਤੇ ਕੋ ਨਹੀਂ ਰੱਖੀ ਨੌ ਦੁੱਧ ਦੇਣਾ ਤਾਂ ਨਾ ਦਿਲ ਨਾ ਕਰੇ ਤੇਰੀਆਂ ਬੱਕਰੀਆਂ ਬਿਮਾਰ ਹੋ ਜਾਣ ਤਾਂ ਪਹਿਲੇ ਉਹ ਗੱਲ ਸੁਣ ਉਹ ਤਾਲੇ ਮੂੰਹ ਤਾਲੇ ਜ਼ਬਾਨ ਨਾਲ ਮੈਂ ਡਾਂ ਠੁੱਠਾ ਹੋਈ ਦੂੰ ਚੁੱਪ ਕਰਕੇ ਮੇਰੇ ਫਲੂਤਾ ਦੇਵਣ ਵਾਲੀ ਉੱਤੇ ਦੇ ਥਲੋ ਨਹੀਂ ਮੇਰੇ ਤੇ ਝੋਲੀ ਅੱਲਾ ਕਰੇ ਤੇਰੀ ਸ਼ਾਮ ਤਾਂ ਇੱਕ ਬੱਕਰੀ ਨਹੀਂ ਅੱਲਾ ਤੇਰੇ ਤੁਹਾਡੀ ਬਿਲਾਦਰੀ ਚ ਸਨੇ ਆ ਜਨੇ ਬਿਫੁੱਤ ਦੀ ਹੋ ਦਈ ਤੇ ਕੀ ਮੇਰੀ ਬਿਲਾਦਰੀ ਮੈਂ ਆਪਣੀ ਬਿਲਾਦਰੀ ਨਾਲ ਰੋਲਾ ਕੋ ਨਹੀਂ ਸ਼ਾਮ ਮੇ ਬੇਸ਼ੱਕ ਮੇਰੇ ਲੋ ਸਾਰੇ ਮਾਰ ਜਾਣ ਮੈਂ ਟੈਨਸ਼ਨ ਕਿਹੜੀ ਸ਼ਾਇਦ ਦੀ ਬੱਕਰੀਆਂ ਦੇ ਬਾਰੇ ਨਾ ਦੱਸ ਸਾਰੀ ਮੇਰੇ ਨਾਲ ਨਾ ਸੱਚਾ ਕੇ ਗੱਲ ਕਰਨ ਦੀ ਜ਼ਰੂਰਤ ਨਹੀਂ ਤੇ ਮੈਂ ਤੈਨੂੰ ਸਾਥ ਲੈ ਆ ਰਹਾ ਸਾਥ ਗਲਿਆ ਮਜਬੂਰੀ ਤੇਰੇ ਆ ਲਾਈਆਂ ਤੂੰ ਗੁਨਾ ਸੱਚੇਂਦਾ ਪਿਆ ਤੇ ਅੱਬਾ ਜਾ ਮਜਬੂਰੀ ਤੂੰ ਆਈਆਂ ਤਾਂ ਜਾ ਤੇਰੇ ਕੋਲ ਵੀ ਖਲੀ ਹੋਈਆਂ ਵੀ ਤੇਰੇ ਕੋਲ ਮਹਲਣਾ ਹੀ ਨਹੀਂ ਮੈਨੂੰ ਕਿਹੜੀ ਸ਼ੌਂਕ ਹੈ ਤੇਨਾਂ ਗੱਲ ਕਰਨ ਦੀ ਤੇ ਮਜਰੂ ਮੋੜੇ ਸਿਆਂ ਬਲਾਣ ਆਈ ਤੂੰ ਕਿਉਂ ਮੇਰੇ ਮੈਂ ਇੱਥੇ ਆ ਰਹਿਣਾ ਸਣਾ ਮੇਰੇ ਮਦਰ ਲੱਦੀ ਹੋਈ ਇਸ ਗੱਲ ਤੇ ਆਪ ਮੈਂ ਰੋਲਾ ਹੀ ਕੋਈ ਨਹੀਂ ਕਿਉਂਕਿ ਮੈਂ ਜੇ ਸਮ ਤੇਰੇ ਮਗਰ ਆ ਕੋਲ ਤੂੰ ਬੇਸ਼ੱਕ ਥੇ ਪਤਾ ਨਹੀਂ ਇੱਥੇ ਆਲਿਆਂ ਨਹੀਂ ਆਥਣਾ ਵੀ ਇੱਥੇ ਤੂੰ ਉਹਦੇ ਮਦਰ ਸੀ ਲੈਣ ਆਈ ਕੋਈ
ਗੁਜ਼ਾਰਾ ਕੈਸਾ ਹੁੰਦਾ ਪਿਆ? ਸਹੀ ਹੁੰਦਾ, ਬੜਾ ਸੋਹਣਾ ਹੁੰਦਾ ਪਿਆ। ਅੱਲਾ ਦੇ ਬਸ ਸ਼ੁਕਰ ਹੈ ਜੀ ਸਾਹਿਬ ਦਾ। ਹੋਰ ਸੁਣਾ ਮੇਰੇ ਕੋਲ ਕੁਛ ਖਾਸੇ ਕਿਸੇ ਬਹੁਤ ਹੋਰ ਬੈਠੀ ਉੱਠੀ ਮੈਨੂੰ ਚਾਸ਼ਾ ਬਣਾ ਦੇ ਤੇ ਮੈਂ ਤੁਹਾਡਾ ਡੋਰ ਛੋੜੀ ਆਵਾਂ। ਮੈਂ ਪਾਣੀ ਛਾਣੀ ਪਿਵਾਈ ਆ, ਮੈਨੂੰ ਟਾਈਮ ਹੁੰਦਾ ਪਿਆ ਬਾਹਰ ਦਾ, ਮੁੜਾ ਮੈਂ ਬਣਨਾ ਵੀ। ਚਲੋ ਤੇਰਾ ਬਤਰੀਆ ਤੇ ਮੇਰੇ ਬਤਰੀਆ ਇਹ ਚਾਸ਼ਾ ਪੀ ਕੇ ਵੇਸੇ। ਇਹ ਦੱਸੋ ਭਾਈ ਸਿਮਰਨ ਕਿਹਦੇ? ਸਿਮਰਨ ਨੇ ਦੇਖਣਾ ਗਈ ਹੈ ਬਾਹਰ, ਆ ਜਾਂਦੀ ਹੈ ਆ ਵੈਂਦੀ ਹੁਣੇ। ਆਂਟੀ ਇਕ ਗੱਲ ਤੁਹਾਨੂੰ ਦੱਸਾਂ? ਦੱਸੋ। ਮੈਂ ਨਾ ਅੱਬੂ ਨਾਲ ਗੱਲ ਕੀਤੀ ਆ ਆਪਣੇ ਨਾਲ, ਮੈਂ ਕਿਹਾ ਬਈ ਚਾਚੀ ਕੋਲ ਮੈਂ ਰਿਸ਼ਤਾ ਲੈ ਦੇ, ਮੈਂ ਸਿਮਰਨ ਨੂੰ ਬਹੁਤ ਪਸੰਦ ਕਰਦਾ। ਮੇਰਾ ਪੁੱਤ ਮੇਰੀ ਗੱਲ ਸੁਣ, ਠੀਕ ਹੈ? ਅਸਾਂ ਰਿਸ਼ਤਾ ਕਰਨਾ ਚਾਹੀਦਾ,
ਤੇ ਅਸਾਂ ਤੇ ਉਹ ਲਜ ਰੱਖੀਏ ਕਿ ਗੱਲ ਵਜਾ ਉਹ ਕਹਿ ਨੀ ਠੀਕ ਹੈ ਨਾ ਤੇ ਕੋਈ ਅੱਛਾ ਜਿਹਾ ਰਿਸ਼ਤਾ ਉਹ ਸੀ ਸਾਡੇ ਮਿਆਰ ਦਾ ਤੇ ਅਸਾਂ ਕਰੇ ਸੂ ਤੇ ਇਹ ਰਿਸ਼ਤਾ ਕਹਿਣਾ ਉਸ ਮੇਰਾ ਪੁੱਤ ਉਵੇਂ ਤੇਰਾ ਘਰ ਹੈ ਲੱਖ ਵਾਰੀ ਆ ਦਰਵਾਜ਼ੇ ਤੇਰੇ ਵਾਸਤੇ ਹਮੇਸ਼ਾ ਵਾਸਤੇ ਖੁੱਲੇ ਨੇ ਆਂਟੀ ਮੇਰੇ ਚਾਹੇ ਵੀ ਕੀ ਹੈ ਮੇਰੀ ਸ਼ਕਲ ਨੀ ਸਹੀ ਮੇਰੇ ਹੱਥ ਪੈਰ ਬੰਨੇ ਹੋਏ ਨੇ ਮੇਰੇ ਚਾਹੇ ਵੀ ਕੀ ਹੈ ਨਹੀਂ ਸ਼ਕਲ ਹੀ ਸਹੀ ਹੱਥ ਪੈਰ ਹੀ ਸਹੀ ਹੈ ਕੰਮ ਕੋਈ ਕੰਮ ਸ਼ੰਮ ਕਰੇ ਨਾ ਮੇਰਾ ਪੁੱਤਰ ਮੈਂ ਸ਼ਾਦੀ ਤੋਂ ਬਾਅਦ ਕੰਮ ਤੇ ਵਗ ਜਾਣਾ ਮੇਲੇ ਚ ਫੈਸਲਾਬਾਦ ਲੂਮਾ ਚ ਸ਼ਾਦੀ ਤੋਂ ਪਿੱਛੇ ਵਗ ਜਾਣਾ ਹਾਂ ਪਹਿਲੇ ਕੰਮ ਕਰਕੇ ਦਿਖਾ ਨਾ ਮੇਰੇ ਕੋਲ ਮੈਂ ਜਿੱਥੇ ਤੁਸੀਂ ਸਿਮਰਨ ਨੂੰ ਨਾ ਵੇਖਣਾ ਮੇਰਾ ਦਿਲ ਨੀ ਲੱਗਦਾ ਔਰ ਮੈਂ ਇਹ ਸੋਚਿਆ ਮੈਂ ਨਾ ਅਬੂ ਨਾਲ ਲਾਇਆ ਉਸ ਚਾਚ ਕੋ ਰਿਸ਼ਤਾ ਮੰਗਸਾ ਮੇਰੀ ਸ਼ਾਦੀ ਹੋ ਸੀ ਉਸ ਤੋਂ ਬਾਅਦ ਮੈਂ ਕੰਮ ਤੇ ਵੀ ਵਗ ਜਾਵਾਂ ਨਾਲ ਸਿਮਰਨ ਨੂੰ ਵੀ ਲੈ ਜਾਵਾਂ ਮੇਰਾ ਪੁੱਤ ਇਹ ਗੱਲ ਅਸਾਂ ਰਿਸ਼ਤੇ ਵਾਲੀ ਤਾਂ ਕੁੜੀ ਹੈ ਇਹ ਰਿਸ਼ਤਾ ਅਸਾਂ ਨਹੀਂ ਕਰਨਾ ਨਾ ਉਹ ਰਾਜ਼ੀ ਹੈ ਤੇ ਨਾ ਮੈਂ ਰਾਜ਼ੀ ਤੇ ਨਾਰਾਜ਼ ਹੀ ਨਾ ਹੋਵੇ ਠੀਕ ਹੈ ਨਾ ਤੇ ਤੂੰ ਬਹੁਤ ਮੰਜੀ ਦੇ ਤੇ ਮੈਂ ਚਾਹ ਸ਼ਾ ਬਣੇ ਚਾਹ ਪੀ ਕੇ ਬਣੇ ਮੈਂ ਚਾਹ ਕੋਈ ਨਹੀਂ ਪੀਣੀ ਕਿਉਂ ਮੈਂ ਘਰ ਜਾਵਾਂ ਮੈਂ ਆਂਟੀ ਨੇ ਮੈਂ ਜਾਊਂਗਾ ਨਾ ਨਾ ਮੇਰਾ ਪੁੱਤਰ ਬਹੁਤ ਚਾਹ ਚਾਹ ਪੀ ਕੇ ਰੋਟੀ ਛੋਟੀ ਖਾ ਕੇ ਵਾਲੋ ਮੇਰੇ ਚਾਚੇ ਤੇ ਰਾਸੀ ਵੀ ਨਾਰਾਜ਼ ਹੋ ਸੀ ਮੇਰੇ ਨਾਲ ਉਹ ਪਤਾ ਕੀ ਹੈ ਉਹ ਗਾਂ ਹੈ ਮੇਰੇ ਹੱਥ ਚੜੀ ਤੂੰ ਤਾਂ ਨਾਲੇ ਰਾਵਣ ਨਹੀਂ ਰਾਵਣ ਵਾਸਤੇ ਨਾ ਆਏ ਨਹੀਂ ਮੇਰਾ ਦਿਲ ਕੋਈ ਨਹੀਂ ਮੈਂ ਜਾਊਂਗਾ ਨਾ ਚਾਚੇ ਤੇ ਰਾਸੀ ਗੁੱਸੇ ਥੀ ਸੀ ਤੂੰ ਬਹੁਤ ਉਥਾਂ ਨਹੀਂ ਚਾਚਾ ਨਹੀਂ ਹੁੰਦਾ ਨਾਰਾਜ਼ ਹੋ ਗਿਆ ਮੈਂ ਤਾਂ ਗੱਲ ਸਿੱਧੀ ਕੀਤੀ ਹੈ ਚਲੋ ਮੈਂ ਉਹਨੂੰ ਧੀ ਕਿਉਂ ਦਵਾਂ ਜਿਹਨੇ ਅੱਜ ਤੈਨੂੰ ਕੱਖ ਹੀ ਨਹੀਂ ਬੰਨਿਆ ਤੇ ਇੱਕ ਨਾ ਇੰਤਜ਼ਾਰ ਕਰਨਾ ਇਹ ਬਹੁਤ ਬੁਰੀ ਚੀਜ਼ ਹੈ ਇੰਤਜ਼ਾਰ ਕਰ ਕਰਕੇ ਬੰਦਾ ਅੱਧਾ ਹੋ ਜਾਂਦਾ ਇੱਕ ਤੇ ਅਗਲੇ ਲੱਗਦੇ ਨਖਰੇ ਵੀ ਖਾਂਦੇ ਹੈ ਤੇ ਕੀ ਹੈ ਜੇ 10 ਮਿੰਟ ਇੰਤਜ਼ਾਰ ਕਰ ਲਿਆ ਕੀ ਹੈ ਜੇ 5 ਮਿੰਟ ਖਲੋ ਰਹੇ ਇਹ ਨਹੀਂ ਪਤਾ ਹੁੰਦਾ ਕਿ ਇਹਦੋ ਅਧੂ ਮੁਲਾ ਕੇ ਵੇਖਣ ਵਾਲਾ ਹੁੰਦਾ ਹਵਾ ਨਾਲ ਹੀ ਗੱਪਾਂ ਹਵਾ ਨਾਲ ਨਹੀਂ ਹੋਰ ਕੀ ਕਰਦੀ ਪਈ ਇੱਥੇ ਕੌਣ ਖਲੋਤੇ ਕੋਈ ਤੇਰਾ ਵੇਲਾ ਕੀ ਟਾਈਮ ਹੋ ਗਿਆ ਮੈਂ ਇੱਥੇ ਖੜੀ ਆ ਉੱਡ ਤਰੂ ਗਈ ਉਹ ਵਾਜਦ ਦੇਖਿਆ ਕਰ ਇਹ ਦੁੱਧ ਮੁਲਕ ਹੀ ਵੇਖਣ ਵਾਲਾ ਹੁੰਦਾ ਮੁਲਕ ਦਾ ਤਮਾਸ਼ਾ ਸੀ ਕਿਉਂ ਬਣੀਏ ਅੱਛਾ 500 ਰੁਪਇਆ ਨਾ ਯਾ ਕੋਟ ਦੇ ਪੈਸੇ ਪੈਸੇ ਤੇ 500 ਨਹੀਂ 1000 ਤੇ ਸਾ ਇਹ ਖੁਸ਼ੀ ਦੀ ਖਬਰ ਨਹੀਂ ਕੀ ਖਬਰ ਖੁਸ਼ੀ ਦੀ ਖਬਰ ਇਹ ਹੈ ਕਿ ਮੇਰੀ ਮਾਂ ਨੂੰ ਤੂੰ ਪਸੰਦ ਹੈ ਉਹ ਸਾ ਕਿ ਉਹਨਾਂ ਕਿ ਰਿਸ਼ਤਾ ਲੈ ਕੇ ਆ ਨਹੀਂ 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 ਮੈਂ ਤੇਰੇ ਨਾਲ ਸ਼ਾਦੀ ਕਰਨੀ ਤੇਰੀ ਮਾਂ ਨਾਲ ਕਿਵੇਂ ਕਰਾਂ ਮੈਂ ਇਹ ਗੱਲ ਕਰ ਸਕ ਕਿ ਪਹਿਲੇ ਉਸ ਮੇਰੇ ਤੇ ਅੱਖ ਰੱਖੀ ਹੋਈ ਹੈ ਹੁਣ ਮੇਰੀ ਮਾਂ ਤੇ ਅੱਖ ਰੱਖੀ ਵਾਲੀ ਹੈ ਉਤੋਂ ਹੈ ਅੱਛਾ ਬਈ ਮਤਲਬ ਹੈ ਐਜ਼ ਅ ਜਵਾਈ ਪਸੰਦ ਹਾਂ ਐਂ ਗੱਲ ਕਰ ਮੈਂ ਆਪਣੀ ਮਾਂ ਨਾਲ ਗੱਲ ਕੀਤੀ ਬੜੀ ਕਿਉਂ ਨਹੀਂ ਪਸੰਦ ਕਰਨਾ ਮਾਸ਼ਾਅੱਲਾ ਉੱਚਾ ਲੰਮਾ ਕਦ ਬਹੁਤ ਸੋਹਣਾ ਠੀਕ ਹੈ ਮਾਂ ਜੇ ਸਵੇਰੇ ਜਾਂਦਾ ਨਾ ਆਏ ਲਾਵੇਂ ਨੂੰ ਸੀਜ਼ਨ ਨੂੰ ਸ਼ਾਦੀ ਆਲ ਵੇਟਰ ਜਿਤਨੀਆਂ ਭਾਵੇਂ ਸੰਭੀ ਹੋਈ ਆਉਂਦੀਆਂ ਨੇ ਮੂੰਹ ਨਾ ਮੇਰੇ ਆਲੜੇ ਹੋ ਤੇ ਜਿਤਨੇ ਵੇਟਰ ਉਸ ਨੂੰ ਉਹਨਾਂ ਨੂੰ ਕੋਈ ਨਾ ਸਦੇ ਸੀ ਮੈਨੂੰ ਅਕਸਰ ਕੰਮ ਹੈ ਕੋਈ ਹੋਰ ਆਵੇ ਨਾ ਕਿਧਰ ਆਓ ਇਹ ਕਰ ਕਿਸੇ ਦੇ ਸੀ ਮੈਨੂੰ ਬਹੁਤ ਉਹ ਸਾਰੇ ਛੋਰ ਆਉਂਦੇ ਨੇ ਤੂੰ ਹੈ ਤੇਰੀ ਵਰਦੀ ਬਹੁਤ ਸੋਹਣੀ ਵਰਦੀ ਹੈ ਸੋਹਣਾ ਲੱਗਦਾ ਹੈ ਨਾ ਇਹ ਨਹੀਂ ਕਿ ਤੂੰ ਚੱਲ ਮਾ ਤੇ ਬਹੁਤ ਸੋਹਣਾ ਹੈ ਸਿਰ ਦਿਲ ਤੇ ਨਾ ਲੱਗਾ ਖਲੇ ਦੇ ਵੀ ਤੂੰ ਸੋਹਣਾ ਕੋਈ ਨਾ ਤੇ ਦਿਲ ਕਿਵੇਂ ਘੋੜੇ ਤੇ ਤੈਨੂੰ ਲੱਗਾ ਇਹ ਕੋਰ ਮੈਂ ਤਾਂ ਗੱਲ ਸੁਣ ਦਿਲ ਤੇ ਬਾਦਸ਼ਾਹ ਹੁੰਦਾ ਰੂੜੀਆਂ ਤੇ ਵੀ ਢਹਿ ਪੰਦਾ ਚੰਗਾ ਬਾਦਸ਼ਾਹ ਜਿਹੜਾ ਰੂੜੀਆਂ ਤੇ ਢਾਂਦਾ ਅੱਛਾ ਗੱਲ ਸੁਣ ਇਹ ਕੋਰ ਵੀ ਮੈਂ ਸੁਣੀ ਕੀ ਅਯਾਰ ਹੀ ਜਿਹੜਾ ਤੱਲੂ ਹੈ ਹਾਂ ਉਹ ਵੀ ਕਿਸੇ ਬੰਦੇ ਮੈਂ ਦੱਸਿਆ ਮੈਂ ਸਭੋ ਦੱਸਿਆ
ਲੱਸੀ ਲੈਣ ਆਈ ਆ ਤੇ ਉਸ ਮੈਨੂੰ ਦੱਸਿਆ ਬਈ ਜਿਹੜੀ ਤੇਰੀ ਆਈ ਨਾ ਦੋਸਤ ਉਹ ਸਿਮਰਨ ਉਸ ਤੇ ਅੱਖ ਹੀ ਤੱਲੂ ਦੀ ਅੱਲਾ ਲੱਸੀ ਲੈਣ ਆਈ ਆ ਉਸ ਸਾਹ ਤੇਰੇ ਘਰ ਕੌਣ ਕੌਣ ਆ ਅੱਬਾ ਵੀ ਵਦਾ ਅੰਮਾ ਵੀ ਬੈਠੀ ਆ ਬਹਿਣ ਮੇਰੀ ਲੱਸੀ ਗਾਤ ਕੇ ਦਿੱਤੀ ਉਸ ਤੇ ਨਾ ਮੁੰਡਾ ਲੈਦਾ ਛੋਟੋ ਗੱਲ ਕਰ ਵੀ ਲਈ ਬਈ ਤੂੰ ਪੁੱਛੋ ਬਾਜੀ ਕਿਤੇ ਮੈਂ ਕੰਦੇਰ ਬੈਠੀ ਹੈ ਮੈਂ ਕੀ ਲੈਣੀ ਇੱਥੇ ਲੱਸੀ ਲੈਣੀ ਹੈ ਤੇ ਤੇਰੇ ਨਾਲ ਗੱਲ ਕਰਨੀ ਮੈਂ ਜਲਦੀ ਦੱਸ ਸਹੀ ਹੋ ਹਾਲਾ ਮੇਰੀ ਗੱਲ ਸੁਣ ਉਹ ਤਾਂ ਮੈਨੂੰ ਕਾ ਨਹੀਂ ਬੁੰਦਾ ਉਸ ਮੇਰੇ ਨਾਲ ਵੀ ਗੱਲ ਕੀਤੀ ਹੈ ਮੈਂ ਤਾਂ ਉਹਦੀ ਲਾਪਾ ਮੈਂ ਆਖਿਆ ਨਾ ਉਹਦੀ ਮਾਂ ਨਹੀਂ ਨਾ ਉਹਦਾ ਪਿਓ ਨਾ ਤੇਰੇ ਪਿਓ ਨੂੰ ਯਾ ਪਤਾ ਲੱਗਣਾ ਨਾ ਬਈ ਵਾਜਿਦ ਕਾ ਰਿਸ਼ਤਾ ਪੇ ਮੰਗਿੰਦਾ ਉਸ ਤੂੰ ਬਾਹਾਂ ਦੀ ਬਾਹ ਨਹੀਂ ਬਣਦੇ ਮੈਂ ਇੱਕ ਹੋਰ ਗੱਲ ਸੁਣ ਮੈਂ ਉਹ ਫੜਾ ਮਾਰੀ ਹੈ ਸਮਝ ਆਈ ਉਹ ਫੜ ਮਾਰੀ ਜਿਹੜੀ ਨਾ ਮਾਰਾ ਨਾ ਲਈ ਹੋਵੇ ਆਰਡਰ ਲੱਗਾ ਨਹੀਂ ਤੈਨ ਤੂੰ ਮੇਰੇ ਪਿੱਛੇ ਕਿਸੇ ਕੋਲ ਮੰਗ ਲਵੇ ਖਾ ਬੰਦਾ ਮੰਗਦਾ ਸੋਹਣਾ ਲੱਗਦਾ ਮੇਰੇ ਕੋਲ ਹੀ ਲੈ ਲਵੀ ਤੇ ਮੈਂ ਇੱਕ ਇੱਕ ਦੁਨੀਆ ਪਹਿਲੀ ਵਾਰੀ ਨਾ ਕਾਸ਼ਾ ਮੰਗਣੀ ਨਾ ਉਹ ਤੇਰੇ ਪਿਓ ਕੋਲ ਤੈਨੂੰ ਮੰਗ ਮੈਰਾ ਨਹੀਂ ਹੈ ਦਿਲ ਕਰਦਾ ਕਿਸੇ ਕੋਲ ਕਾਸ਼ਾ ਉਸ ਤੋਂ ਬਾਅਦ ਜੇ ਸੋ ਮੈਂ ਪੜਨੀ ਕਿ ਘਰ ਤੇਰੇ ਆ ਜਾਵਾਂ ਮੋੜ ਖਰਚੇ ਤੋਂ ਹੀ ਕੱਢਨੇ ਹਨ ਮੈਂ ਨਹੀਂ ਕੱਢਣਾ ਉਹ ਤਾਂ ਮੁੜੇ ਵੇਂ ਹੀ ਹੋਣਾ ਮੈਂ ਤਾਂ ਖਾਚਾ ਖਾਚੇ ਬਿਲਕੁਲ ਇਹ ਗੱਲ ਜ਼ਿਹਨ ਚ ਰੱਖੀ ਇੱਥੇ ਤੂੰ ਖਲੋ ਰ ਇੱਥੇ ਮੈਂ ਖਲੋ ਹਜ਼ਾਰ ਮੇਰੀ ਇੱਕ ਸਾਥ ਤਾਂ ਤੂੰ ਕਿਉਂ ਨੂੰ ਆਉਂਦਾ ਉਹ ਮੈਂ ਇੱਕ ਦੋ ਹੋਰ ਮਾਰ ਲਵੇ ਕਿਉਂ ਇੱਕ ਦੋ ਹੋਰ ਬਾਤ ਤੇਰੀ ਸਾਰੀ ਜ਼ਿੰਦਗੀ ਮੈਂ ਸਾਥ ਹੀ ਮਰੇ ਨੇ ਹੈਰਾਨ ਹੈ ਮੇਰੀ ਇੱਕ ਸਾਥ ਤੇ ਕਦੀ ਵਾਪਸ ਹਟਿਆ ਦੱਸ ਮੈਨੂੰ ਦੱਸ ਕਾਲਾ ਤੂੰ ਕਿਉਂ ਹੈ ਕਿਹਦਾ ਕੰਮ ਨਹੀਂ ਯਾਰ ਪਹਿਲੇ ਅੱਗੇ ਮੈਂ ਖਲੀ ਰਹੀ ਆ ਤਾਂ ਮੈਂ ਤੇ ਮੈਂ ਵੇਟ ਕਰਦੀ ਰਹੀ ਆ ਮੈਂ ਤੇ ਨਹੀਂ ਉਹ ਗੱਲ ਕੀਤੀ ਤੂੰ ਤੇ ਇਸ ਗੱਲ ਤੇ ਹੌੜ ਨਹੀਂ ਕੀਤਾ ਤੇ ਹੁਣ ਪਿਆ ਨਾ ਕਿ ਪਹਿਲੇ ਕਿਉਂ ਬਦਨਾਮ ਹੋ ਜਾਣੀ ਹੌੜਮ ਦਾ ਪਿਆ ਵੇਖਾ ਨਾ ਮੁੰਨਾ ਜਿਆ ਨਾ ਹੋਵੇ ਤਾਂ ਮੈਂ ਹੁਣ ਕਾਹਨੂੰ 1000 ਰੁਪਇਆ ਦੇਣਾ ਤੇ ਨਾ ਮੇਰੀ ਗਲੀ ਚ ਲੱਗੀ ਜੇ ਸੁਣਦਾ ਪਿਆ ਹੈ ਤਾਂ ਹਾਂ ਇਹ ਸੁੱਕਾ ਕਿਵੇਂ ਜਿਵੇਂ ਬੱਕਰੀਆਂ ਨਾਲੋਂ ਹਟਦਾ ਨਾ ਉਵੇਂ ਹੀ ਆ ਕੇ ਸਾਂ ਜਾਂਦਾ ਨਾ ਬੰਦੇ ਦਾ ਪਤਾ ਨਾ ਕਿਸੇ ਹੋਰ ਗੱਲ ਦਾ ਪਤਾ ਹਲੋ ਕੀ ਹੋਇਆ ਬੱਕਰੀਆਂ ਨਾ
ਮੇਰੀਆਂ ਬਾਜ ਗਈਆਂ ਨੂੰ ਬਾਜ ਦਈਆਂ। ਹਾਂ ਮੈਂ ਬੰਨ ਛੱਡੀਆਂ, ਦੇਖ ਲੈ ਮੈਂ ਤੇਰੇ ਇਤਨੇ ਕੰਮ ਕਰੇਨੀ ਆ, ਹਰ ਗੱਲ ਦਾ ਤੇਰਾ ਖਿਆਲ ਰੱਖਦੀ ਆ ਤੇ ਬਾਜ ਜਾਈ ਦੇ ਤੇ ਕੋਰੇ ਇਤਨਾ ਵੀ ਪਤਾ ਹੀ। ਹੈਲੋ ਹੁਣ ਤਾਂ ਮੇਰੇ ਨਾਲ ਸ਼ਾਦੀ ਦੀ ਗੱਲ ਕਰ ਹੈ, ਹੁਣ ਤਾਂ ਮੇਰੇ ਨਾਲ ਸ਼ਾਦੀ ਦੀ ਗੱਲ ਕਰ ਚਾ। ਦੋ ਬੱਚਰੀਆਂ ਮੇਰੀਆਂ ਹਨ ਵੱਧਦੀਆਂ ਪਈਆਂ, ਉਹ ਨੌਣ ਸੂਮਣਾ ਹੈ ਤੇ ਉਹ ਜਸਲ ਬੱਚਰੇ ਜਸਨ ਹਾਂ, ਉਹ ਬੱਚਰੇ ਪਾਲਨੇ ਪਾਲ ਤੇ ਤੁਰਵਾਨੀ ਤੇ ਵੇਚ ਤੇ ਉਹ ਵੀ ਅਜੇ ਤਾਈਂ ਢਪਰਾ ਬਣਾਉਣਾ ਹੈ ਬੱਚਰੀਆਂ ਵਾਸਤੇ। ਉਸ ਤੋਂ ਉੱਤੇ ਮੁੜ ਦੋ ਬੱਚਰੀਆਂ ਵੱਧਦੀਆਂ ਪਈਆਂ, ਉਹ ਬੱਚਰੇ ਜਸਨ ਉਹ ਪਲੇਸਾਂ ਤੁਰਬਾਨੀ ਤੇ ਉਹਨਾਂ ਨੂੰ ਵੇਚ ਤੇ ਉਹਦਾ ਆਪਣਾ ਸਮਾਨ ਸਾਰਾ ਲਈ ਸਾਂ। ਉਸ ਤੋਂ ਬਾਅਦ ਮੈਂ ਪਰਨੇ ਵਾਣ ਦੀ ਸੋਚਣੀ ਤੇ ਮੈਂ ਤੈਨੂੰ ਤਾਂ ਆਖਿਆ ਵੀ ਤੇਰੇ ਨਾਲ ਪਰਨੇ ਹੂੰ। ਕਿਉਂ ਮੇਰੇ ਵਿੱਚ ਕਮੀ ਕਿਹੜੀ ਏ? ਹੈ ਮੇਰੇ ਵਿੱਚ ਕਮੀ ਨਹੀਂ, ਮੇਰੀ ਹੁਣ ਵੇਦ ਬਣ ਗਈ ਏ ਸਿਮਰੋ, ਮੈਂ ਹੁਣ ਸਿਮਰੋ ਨਾਲ ਤਰਨੀ। ਰੋਟੀ ਆ ਉਹਨੇ ਮਗਰ ਤੂੰ ਬਣਾਇਆ, ਉਹ ਵਗਾ ਵਾਜੇ ਦੇ ਮਗਰ ਏ, ਉਹ ਵਾਜੇ ਨੂੰ ਪਸੰਦ ਕਰਦੇ ਤੈਨੂੰ ਕੋਈ ਨੂੰ ਕਰਦੇ। ਏ ਵੇਖਿਆ ਜਸ ਇਹ ਟਾਈਮ ਤੇ ਪਤਾ ਲੱਗ ਸੀ ਤੇ ਅੱਜ ਤੋਂ ਬਾਅਦ ਇਹੋ ਜੀ ਦਾਲ ਮੇਰੇ ਨਾਲ ਨਾ ਤਰੀ। ਮੈਂ ਕਰਨੀ ਏ ਲਦੀ ਆਈ ਏ ਸਿਰ ਦੁਪਾਰੇ ਸੁੱਤੇ ਨੂੰ ਠਾ ਛੱਡਿਆ। ਹਲਾ ਤੂੰ ਐ ਸੁੱਤਾ ਪਿਆ, ਇਹ ਕੋਈ ਨਹੀਂ ਪਤਾ ਵੀ ਬੱਕਰੀਆਂ ਕੀ ਦਰਮ, ਤੇਰੀਆਂ ਬੱਕਰੀਆਂ ਵੀ ਬਤੀਆਂ, ਉਹਨਾਂ ਨੂੰ ਪਾਣੀ ਵੀ ਪਿਵਾਇਆ। ਸਿਮਰੋ ਇਹ ਕੋਈ ਕੰਮ ਕਰਨੇ ਨਹੀਂ, ਉਸੇ ਤਮ ਤਾਂ ਨਾ ਅੰਤਰਨੇ ਪਰ ਸਿਮਰੋ ਜ਼ੇਦ ਬਣ ਗਈ ਏ, ਬਸ ਜ਼ੇਦ ਬਣ ਗਈ ਏ। ਹਾਂ ਭਾਵੇਂ ਕੁਝ ਵੀ ਹੋ ਜਾਵੇ ਸਿਮਰੋ ਹੀ ਲੈਣੀ, ਹੁਣ ਸਿਮਰੋ ਨਾਲ ਸਰਨੀ। ਜੋ ਆਈ ਨਾ ਕਰੀ ਤਾਂ ਅੰਜ ਮਾਂ ਹੀ ਨਾ ਤੈਨੂੰ ਦੇਵੇ ਤਾਂ ਮੋੜ। ਸੁਭਾਨ ਅੱਲਾ, ਜਿਸ ਵੇਲੇ ਹੋਇਆ ਨਾ ਹੱਥ ਚੋ ਸਾਸਾ ਪਿਸਤੌਲ ਤੇ ਰੱਥਿਆਂ ਦੀ ਮਾਂ ਪਿਓ ਦੀ ਥੰਨੀ ਤੇ ਉਹ ਬੜਾ ਛੇਤੀ ਛੇਤੀ ਆਸੇ ਛੋਰੇ ਪਰ ਕਬੂਲ ਤਾਰਨੇ ਤੇ ਸਾਨੂੰ ਲੈਂਦੇ। ਜੇ ਸਿਮਰਾ ਕੇ ਵਾਈ ਗੋਲੀ ਖਾ ਲੈਣੀ ਹੈ ਤੈਨੂੰ ਤੈਨੂੰ ਕਬੂਲ ਕੋਈ ਨਹੀਂ ਕਰਦਾ, ਤੇ ਉਸ ਜਿਹੜੀ ਉਦਲੀ ਡੋਲੀ ਥਾਮਣੀ ਹੈ ਮੈਂ ਇਹਦੂ ਪਿਸਤੌਲ ਵਾਲੀ ਡੋਲੀ ਨਾ ਠੋਤਾ ਉਹਨੂੰ। ਤੈਨੂੰ ਉਹਦੇ ਵਿੱਚ ਐਸਾ ਹੈ ਕਿ ਬਸ ਤੂੰ ਛੱਡ ਇਹਨਾਂ ਦਲਾਂ ਨੂੰ ਠੀਮਾ ਤਾਰ ਤੋਂ ਵੇ ਦੇ ਤੇ ਮੈਂ ਬਦਨਾਮ ਹੋਣੀ, ਚੱਲ ਜਾ। ਉਹ ਮੰਨ ਮੈਨੂੰ ਨਾ ਬਦਨਾਮੀ ਚੰਗਾ ਤੁਹਾਡਾ ਸ ਬਦਨਾਮੀ ਤੋਂ ਡਰ ਕੇ ਤੂੰ ਮੇਰੇ ਨਾਲ ਸ਼ਾਦੀ ਤਾਂ ਕਰ ਲੈ। ਕੌਣ ਤਰੇ ਸੀ ਇਹ ਥਾਬ ਨਾ ਵੇਥੇ ਤਾਰ, ਕਿਉਂ ਚੱਲ ਉੱਠ ਜਾ। ਨਹੀਂ ਅੱਜ ਮੈਂ ਤੇਰੇ ਕੋ ਪੁੱਛ ਕੇ ਜਾਣਾ, ਮੈਂ ਤੇ ਕੋ ਹਾਂ ਕਰਾ ਕੇ ਜਾਣੀ। ਹਾਂ ਤਰਾ ਤੇ ਜਾਣੀ ਜਿਵੇਂ ਤੂੰ ਪੁਲਾ ਸਾਲੀ ਤੇ ਮੈਂ ਤੂੰ ਸਾਰੀਆਂ ਚੋਰੀਆਂ ਮਨਾਵਣ ਆਈ ਬੈਠੀ। ਐਵੇਂ ਹੀ ਸਮਝ ਲਾ, 2-2.5 ਸਾਲ ਹੋ ਗਏ ਮੈਂ ਤੇਰੇ ਮਗਰ ਮਗਰ ਮਗਰ। ਓਏ ਵੇਦੀ ਪਈ ਜਿਹੜਾ ਸ਼ੇਰ ਖੁਦਾ ਦਾ ਟਾਲ ਜਾ, ਤੈਨੂੰ ਆਖਿਆ ਵੀ ਮੈਂ ਸਿਮਰੋ ਦੇ ਪਿੱਛੇ। ਸਿਮਰੋ ਦੇ ਪਕੜ ਤੋਂ ਲਾੜਾ ਕਿ ਕੋਈ ਨਾ ਇਹ ਦੱਸੋ ਮੱਥਾ ਨਾ ਧਾਰੋ, ਤੂੰ ਪਹਿਲੇ ਦੱਸ ਮੇਰੇ ਵਿੱਚ ਕਮੀ ਕਿਹੜੀ ਗੱਲ ਦੀ? ਅਚਲ ਦੀ ਅਚਲ ਧਾਟੇ ਕਿਵੇਂ ਆ ਜਿਵੇਂ ਬੰਦੇ ਝੱਟ ਹੁੰਦਾ ਤੂੰ ਵੇ ਦਈ ਵਾਡੂ ਦਵਾਡੂ ਤੇ ਜਾ ਤੇ ਤੇਰੇ ਧਾਰ ਦੇ ਸੇ ਵੇਖਣ ਦੇ ਦੱਸ ਛੱਡਣ ਚਾਹੇ ਮੇਰੀ ਮਾਂ ਦੱਸੇ ਮੇਰੇ ਪਿਓ ਦੱਸੇ ਜਿਹਨੂੰ ਮਰਜ਼ੀ ਦੱਸ ਛੱਡੇ ਮੈਂ ਕੋਈ ਟੈਨਸ਼ਨ ਨਹੀਂ। ਮੈਨੂੰ ਤਾਂ ਟੈਨਸ਼ਨ ਹੈ ਨਾ, ਤੈਨੂੰ ਕਿਸ ਦੀ ਟੈਨਸ਼ਨ? ਮੈਂ ਸਿਮਰੋ ਨਾਲ ਸਰ ਰਹੀ ਆ ਨਾ ਚਾਰ ਮਤ ਹੁੰਦਾ ਪਈ ਤੇ ਨਾ ਬਦਨਾਮੀ ਧਾਰ ਮੇਰੀ ਉੱਠੀ ਬਹੁਤਾਂ ਨੀ ਮੱਥਾ ਨਾ ਤਾਰ ਲੋ ਤੇ ਜਾ ਤੇਰੀ ਇੱਜ਼ਤ ਮੇਰੀ ਇੱਜ਼ਤ ਕਾਈ ਨਹੀਂ ਤੂੰ ਇੱਜ਼ਤ ਨੂੰ ਇੱਜ਼ਤ ਬਣਾ ਆ ਤੇ ਤੂੰ ਹਾਂ ਕਰ ਚ ਮੈਂ ਵਗ ਜਾਸਾ ਨਾ ਤੂੰ ਬਦਨਾਮ ਹੋ ਨਾ ਮੈਂ ਉਸਾ ਇਸ ਬਲਾਂ ਤੂੰ ਚੂਤਾ ਇੰਨੇ ਛੜੇ ਨਾ ਹਾਂ ਤਾਰ ਛੱਡਾ
ਦੇ ਲਈ ਤਾਂ ਤਾਜ ਨਹੀਂ। ਹਾਂ 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 ਜਾ ਕੀ ਹਾਂ ਹਾਂ ਬਈ ਜਿਹੜਾ ਤੂੰ ਹੱਥ ਆਈਂ ਪੱਕੀ ਗੱਲ ਹਾਂ ਪੱਤੀ ਦਾ ਵਾਦਾ ਕਰ ਮੈਂ ਹਾਂ ਵਾਦਾ ਹੋ ਦਿਆ ਨਹੀਂ ਹਾਂ ਨਾ ਰਾਸਤੇ ਨਾ ਲਾ ਏ ਆਈ ਲਾ ਰਾਥੋ ਇਹ ਸਾਡੀ ਨਾਲ ਨਹੀਂ ਹਾਂ ਓਏ ਇਹਦੇ ਮੇਰਾ ਹੱਥ ਨਹੀਂ ਤੇ ਉਹਦੂ ਤੇਰਾ ਹੱਥ ਇਹਨੂੰ ਪਰਾ ਕਰ ਇੰਜ ਮੈਂ ਵਾਦਾ ਕੋਈ ਨਹੀਂ ਕਰਦਾ ਚਲੋ ਮੋੜ ਨਹੀਂ ਉਤਰਨਾ ਤੁਹਾਡਿਆਂ ਨੂੰ ਹੱਥ ਹਾਂ ਹਾਂ ਤੂੰ ਮੈਂ ਨਾ ਕੋਈ ਨਹੀਂ ਹਾਂ ਕਰਨੇ ਉਤਰਨਾ ਹੀ ਛੱਡੀ ਤੈਨੂੰ ਆਖਿਆ ਨਹੀਂ ਬਹਾਲ ਹੈ ਘੱਟ ਦੇਣੀ ਹੈ ਹਲਾ ਭਾਈ ਸਾਥ ਗੱਤਾ ਹਾਂ ਉਹ ਤੂੜੀ ਨੇ ਸ਼ਾਂ ਜਾਂ ਦੀ ਚਾਈ ਲੜਾਈ ਛੜਾਈ ਨਹੀਂ ਮੇਰੀ ਰਸਾਈ ਹੋਈ ਹੋਈ ਤਲਮ ਮੈਂ ਨਾ ਵਾਦਾ ਕੀਤਾ ਮੈਂ ਤੈਨੂੰ ਸ਼ਾਦੀ ਕਰਾਂਸਾ ਹੁਣ ਮੈਂ ਨਾ ਸ਼ਾਦੀ ਨਹੀਂ ਕਰਾਂਦਾ ਅੱਛਾ ਆਪਣੀ ਬਦਨਾਮੀ ਪਿੱਛੇ ਰਹਿਣੀ ਤੇ ਆਪਣੇ ਫਿਰਾ ਦੇ ਹੋਵੇ ਪਏ ਹੈ ਚਲੋ ਮੋੜੀ ਨੇ ਤੇ ਇੰਨੇ ਸੱਚ ਮੈਥੋਂ ਮਿੰਤਾ ਤੈਨੂੰ ਆਥਿਆ ਤਮਲੀ ਬਲਾ ਹੋ ਦੇਈ ਤੇਰੀ ਮੇਰੀ ਦਾਦ ਤੂੰ ਹੱਥ ਨਾਲ ਹੱਥ ਲੈ ਸੇ ਤਾਂ ਮੈਂ ਪਤਾ ਲੱਗ ਸੀ ਵਿਵਾਕਾ ਤੂੰ ਮੈਂ ਨਾ ਚਲ ਨਹੀਂ ਤਾਂ ਚਲ ਹੁਣ ਠੀਕ ਬੱਸ ਹੋ ਦਿਆ ਤੇ ਇੰਜ ਨਹੀਂ ਹੁਣ ਠੀਕ ਬਸ ਮੈਂ ਤੇਰੇ ਨਾਲ ਤਰੇ ਸਾਂ ਸ਼ਾਦੀ ਹੁਣ ਤੂੰ ਜਾ ਧਾਰੋ ਤੇ ਮੈਂ ਤੂੰ ਹਿਸਾਬ ਲੈਣਾ ਚੱਲ ਹੁਣ ਮੁਕਰੀ ਨਾ ਠੀਕ ਹੱਥ ਨਾ ਲਾਇਆ ਤਾਰ ਮੈਨੂੰ ਤਰਾਂ ਟੱਡੇ ਆਪ ਦਾ ਅੰਮਾ ਦੱਸਦੀ ਆ ਉਹ ਬੰਦਾ ਨਹੀਂ ਚੰਦਾ ਲੱਦਾ ਜਿਹੜਾ ਦੈਰ ਮਾਰਾ ਉਹਨੂੰ ਹੱਥ ਛੱਥ ਲਾ ਦੁਨਾ ਆਉਂਦਾ ਅਸਲਾਮ ਵਾਲੇਕੁਮ ਵਾਲੇਕੁਮ ਅਸਲਾਮ ਕੀ ਹਾਲ ਕੀ ਹਾਲ ਮੇਰਾ ਪੁੱਤ ਠੀਕ ਹੈ ਠੀਕ ਹੋ ਬੀ ਅਸੇ ਠੀਕ ਹੈ ਆਈਦੇ ਹੋ ਆ ਮੇਰਾ ਪੁੱਤ ਬੈ ਕੀ ਹਾਲ ਠੀਕ ਹੋ ਠੀਕ ਠਾਕ ਤੂੰ ਸੁਣਾ ਮੇਰਾ ਪੁੱਤ ਸਿਮਰਨ ਕੀ ਦੇ ਸਿਮਰਨ ਵਧੀ ਹੋ ਸੀ ਤੂੰ ਅੱਛਾ ਤੂੰ ਸੁਣਾ ਕਿਵੇਂ ਠੀਕ ਹੈ ਕੋਈ ਕੰਮ ਕਰਨ ਤੋਂ ਪਹਿਲੇ ਨਾ ਆ ਦੇਨ ਵੀ ਬੰਦਾ ਘਰ ਤੋਂ ਹੀ ਸਲਾਹ ਜਿਹੜੀ ਨਾ ਹਾਂ ਇਹ ਤੇ ਲੈ ਲੈਣ ਸੁਣਾ ਬਿੱਲੀ ਆ ਤਾਂ ਮੈਂ ਸਮਝਿਆ ਕੁੱਤਾ ਇਹ ਰਹਿ ਗਿਆ ਮਾਏ ਹਾਂ ਕਿਦੇ ਹੀ ਵੀ ਨਹੀਂ ਕੀਤਾ ਹੁਣ ਸੱਚੀ ਪੁੱਛੋ ਨਾ ਮੇਰੇ ਮੂੰਹ ਵਾਲੀ ਗੱਲ ਤੂੰ ਸਾਨੂੰ ਅਪਲਾਈ ਮੈਂ ਇਹ ਗੱਲ ਤੁਹਾਡੇ ਨਾਲ ਕਰੂੰਗਾ ਬਈ ਜਿਹੜੀ ਸਿਮਰਨ ਹੈ ਉਹ ਤਾਂ ਤੁਸੀਂ ਕਿਤੇ ਕੀਤਾ ਹੋਇਆ ਕੋਈ ਨਾ ਕੋਈ ਨਾ ਮੇਰਾ ਦਿਲ ਜਿਹੜਾ ਹੈ ਨਾ ਹਵਾ ਹੀ ਨਹੀਂ ਖਲੋਤੀ ਮੇਰਾ ਦਿਲ ਇਸ ਕਾਰਨ ਹੈ ਤੇ ਆਖੇ ਤਾਂ ਮੈਂ ਚਾਚੇ ਨਾਲ ਗੱਲ ਕਰਾਵਾਂ ਅੱਬੇ ਦੀ ਮੇਰਾ ਪੁੱਤ ਹੋਰ ਕੀ ਚਾਹੀਦਾ ਮੈਂ ਤਾਂ ਆਪ ਰਾਜ਼ੀ ਹਾਂ ਮੈਂ ਤਾਂ ਆਪ ਰਾਜ਼ੀ ਹਾਂ ਨਹੀਂ ਨਹੀਂ ਮੈਂ ਸਿਮਰਨ ਨਾਲ ਕਰਨੀ ਤੁਹਾਡੇ ਨਾਲ ਨਹੀਂ ਕਰਨੀ ਸਿਮਰਨ ਦੀ ਗੱਲ ਕਰਦੀ ਹਾਂ ਹਾਂ ਤੇਰੇ ਕੋਲ ਅੱਛਾ ਰਿਸ਼ਤਾ ਹੋਰ ਕਿਹੜਾ ਹੋ ਸੀ ਮੈਂ ਤਾਂ ਆਪ ਰਾਜ਼ੀ ਹਾਂ ਸ਼ਾਦੀਆਂ ਦਾ ਨਾ ਲੈਣਾ ਸੀ ਸਾਂ ਅੱਛਾ ਚੰਗਾ ਕੁੱਟ ਕੇ ਲੱਗ ਜਾਂਦਾ ਹੋਰ ਪਾਣੀ ਕੋਈ ਨੀ ਪੀਣਾ ਉਹ ਗੱਲ ਕੀਤੀ ਤੇਰੀ ਮਾਂ ਨਾਲ ਅੱਛਾ ਅਮੀ ਮੈਂ ਤੁਹਾਨੂੰ ਗੱਲ ਕੀਤੀ ਨਾ ਹਾਂ ਹਾਂ ਮੈਂ ਕੀਤੀ ਸੀ ਤੇ ਸਹੀ ਹੈ ਅਮੀ ਮੋੜ ਮੈਂ ਨਾ ਅਸਲੇ ਚ ਨਾ ਪਰਨੇ ਪਹਿਲੇ ਜਾਵਣਾ ਉਹ ਇੱਕ ਸਾਡੇ ਰਿਸ਼ਤੇਦਾਰ ਆ ਤੇ ਉਸ ਨਾਲ ਮੇਰੀ ਜ਼ਿੱਦ ਬਣੀ ਰਹੀ ਉਹ ਮੋੜ 8 ਸਾਲ ਸਾਡੀਆਂ ਆਖ ਵੇ ਕੋਈ ਨਹੀਂ ਮੋੜ ਉਹਨਾਂ ਵਰਦੇ ਚ ਕੀਤਾ ਤੇ ਮੋੜ ਦਿਲ ਨੂੰ ਚੰਗੀ ਕੋਈ ਨਹੀਂ ਲੱਗੀ ਤੇ ਹੁਣ ਮੇਰਾ ਦਿਲ ਲੈ ਬਈ ਪਰ ਆਪਣਾ ਚੁੱਕਾ ਅਡਬਾਵਾ ਨਹੀਂ ਮੇਰਾ ਵੀ ਦਿਲ ਲਾਈ ਚਲੋ ਮੇਰੀ ਧੀ ਖੁਸ਼ ਹੈ ਤੇ ਮੈਂ ਖੁਸ਼ ਹਾਂ ਫਿਰ ਆਪਣੇ ਦਿਲ ਦੇ ਚਾਚੇ ਦੇ ਆ ਜਾਂਦਾ ਹੀ ਹਾਂਜੀ ਉਹਨਾਂ ਮੈਂ ਗੱਲ ਕਰਦੀ ਹਾਂ ਚਲੋ ਠੀਕ ਹੈ ਹਾਂ ਮੈਂ ਮੋੜ ਕੀ ਸਵੇਲੇ ਨਾ ਸਿਮਰ ਪਾਣੀ ਪਿਲਾ ਨਹੀਂ 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 ਮੋੜ ਕੀ ਸਵੇਲੇ ਨਾ ਹੁਣ ਖੁਸ਼ੀ ਤੂੰ ਨਾ ਮੈਂ ਬੋਤਲ ਲੈ ਕੇ ਆਈ ਦੁਕਾਨ ਨਹੀਂ ਨਹੀਂ ਖੁਸ਼ੀ ਤੂੰ ਹੁਣ ਪੀਚਣੀ ਕਾਸ਼ਾ ਨਹੀਂ ਮੇਰੇ ਕੋਲ ਚਲੋ ਠੀਕ ਹੈ ਇਹ ਹੁਣ ਚਾਚੇ ਨਾਲ ਗੱਲ ਕਰਕੇ ਤੂੰ ਬੋਲਦਾ ਇਸ ਵਿੱਚ ਦੇ ਆਪਣੇ ਮੂਵਮੈਂਟ ਟੱਕਰ ਕੇ ਦੇ ਠੀਕ ਚਾਚੇ ਦੇ ਆ ਜਾਂਦਾ ਹੀ ਮੈਂ ਨਾਲ ਗੱਲ ਕਰਦੀ
ਪਰੇਸ਼ਾਨ ਨਾ ਹੋ, ਪਿਓ ਤੇਰਾ ਆ ਜਾਂਦਾ ਈ ਤੇ ਮੈਂ ਉਹਨਾਂ ਗੱਲ ਕਰ ਲਈ, ਠੀਕ ਹੈ ਨਾ? ਠੀਕ, ਕੰਮ ਸ਼ਾਮ ਧੰਦਾ ਕਰ ਗਈ ਉੱਠ ਕੇ? ਨਾਲੇ ਮੇਰੀ ਮਾਂ ਕੰਮ ਕੰਮ ਧੰਦਾ ਇਹਦਾ ਬਹੁ ਹੋਏ, ਆਪਣੀਆਂ ਤਾਂ ਤੂੰ ਸਾਈਡ ਤੇ ਥਾਰ ਲਾ, ਹੁਣ ਤਾਂ ਛਾਂ ਤੇ ਬੈਠਾ ਜੱਟ ਸਾਰਾ, ਇੰਜ ਸਾਰ ਲਾ ਇੰਜ ਜੋ ਕੰਮ ਕੋਈ ਨਾ। ਲੱਕੜੀ ਮੰਗੀਆਂ ਨਹੀਂ ਫਤਕੀ ਕੋਈ ਨੀ ਹੋਈ, ਉਹ ਤਾਂ ਤੈਨੂੰ ਦੱਸਣ ਆਇਆ ਤੇ ਤੈਨੂੰ ਨਾ ਅਸੀਂ ਜੇ ਸਿਰ ਨੂੰ ਨਾ ਪਾਇਆ ਜਾਵੇ ਨਾ ਮੇਰੀ ਗੱਲ ਸੁਣ ਤੇ ਮੇਰਾ ਨਾਂ ਵਾਜੇ ਨਾ ਰੱਖੀ ਸੱਦੀ ਕੋਈ ਨੀ, ਉਹ ਸਾਰੀ ਸਲਾਹ ਬੈਠੇ ਹੋ ਬਸ ਮੈਂ ਜਿਵੇਂ ਬੰਦਾ ਝੁੰਡੀ ਨੀ ਮਰਿੰਦਾ ਇਹ ਸਮਝੇ ਤਾਂ ਮੈਂ ਬਾਈ ਸਿੱਧੀ ਗੱਲ ਲਈ ਕੂੜ ਹੈ ਕੋਈ ਤੈਨੂੰ ਝੁੰਡੀ ਮਾਰਨ ਆਇਆ ਮਤਲਬ ਸਾਡੀ ਤੂੰ ਦੂਏ ਮਨੁੱਖ ਜਿਤਨੇ ਵੀ ਹੈ ਨਾ ਇਹ ਢੋਲ ਚਾਰ ਪੰਜ ਦਿਨ ਪਹਿਲੇ ਵਗਾਈਂਦੇ ਨੇ ਤੇ ਮੇਰਾ ਦਿਲ ਅੱਜ ਲਾ ਇਹ ਢੋਲ ਵਗਾਵਣ ਸ਼ੁਰੂ ਕਰ ਦਿੰਦਾ, ਮੈਂ ਮਹੀਨਾ ਇੱਕ ਨਾ ਢੋਲ ਵਗਾਈਨਾ ਪਤਾ ਲੱਗੇ ਕਿਸੇ ਨੂੰ ਵੀ ਕਿਸੇ ਦੀ ਸ਼ਾਦੀ ਵੀ ਹੁੰਦੀ। ਸਹੀ ਗੱਲ, ਸੁਸਰਿਆਂ ਨੂੰ ਢੇਹਾ ਛੋਰ ਉਹਨਾਂ ਚੁੰਮ ਚੁੰਮ ਤੇ ਮਾਰ ਛੱਡਿਆ ਹੈਂ ਤੇ ਤੁਹਾਡੀ ਪਹਿਲੀ ਪੀੜ੍ਹੀ ਤੁਹਾਡੇ ਵਿਹੜੇ 'ਚ ਰੌਣਕ ਵੀ ਬਣਦੀ ਹੈ। ਓਏ ਮੇਰੇ ਆਲ ਗਾਈ ਵਗਣੀ ਏ ਤੇ ਉਹ ਗਾਈ ਤੇਰੇ ਹਾਂ ਤੇ ਮੂੰਗ ਬਾਂਧ ਕੇ ਪਵਣੀ ਏ, ਮੇਰੇ ਹਾਂ ਤੇ ਮੂੰਹ ਤੇ ਸਿਰ ਤੂੰ ਡਲੇਮਣੀ ਸੁਣਨਾ ਹੀ ਸਿਮਰੋ ਨਾਲ ਸ਼ਾਦੀ ਕਰੂ ਹੈ ਚੀਕ ਨਿਕਲ ਗਈ ਹੈ ਨਾ ਮੈਨੂੰ ਪਤਾ ਅਸੀਂ ਜਾਂਦਾ ਪਿਆ ਮੂੰਹ ਯਾ ਤੈਨੂੰ ਵੇਖਿਆ ਬੱਕਰੀਆਂ ਇਹਦੀਆਂ ਅਸੀਂ ਵੇਖਿਆ ਤੇ ਚਾਂਤ ਬੇਟਾ ਮੈਂ ਕਿਹਾ ਹੋ ਜਾਣਾ ਬੰਦਾ ਤੁਰਦਾ ਫਿਰਦਾ ਵਧੋ ਵੇ ਨਾ ਤਾਂ ਥਾਬ ਨਹੀਂ ਵੇਂਦਾ, ਉਹਦੇ ਪਿਓ ਨਾਲ ਮੇਰੀ ਗੱਲ ਹੋਈ ਆ ਤੇ ਉਸ ਮੈਨੂੰ ਆਥੇ ਆ ਵੀ ਮੈਂ ਸੋਚ ਤੇ ਦਸੇਨਾ ਵੀ ਤੇੜੇ ਦੇ ਜੰਜ ਲਾਇਆ ਮੈਨੂੰ ਸਮਝ ਆਈ ਹੈ ਜਾਂ ਤਾਈ ਨਹੀਂ ਆਈ? ਉਹਦਾ ਪਿਓ ਇਹ ਰਨ ਮੁਰੀਦ ਸਾਰੀ ਜ਼ਿੰਦਗੀ ਉਸ ਆਪਣੀ ਸਵਾਣੀ ਦੀ ਮੰਨੀ ਹੈ, ਮੈਨੂੰ ਸਿਮਰੋ ਸਾਰੀ ਗੱਲ ਦੱਸੀ ਨਹੀਂ ਤੇ ਉਹਦੀ ਮਾਂ ਆਖਿਆ ਮੇਰੇ ਪੁੱਤਰ ਤੇਰੇ ਰੰਗਾ ਤਾਂ ਪੂਰੇ ਥੇ ਦੇ ਵਿੱਚ ਕੋਈ ਨਾ ਤੈਨੂੰ ਨਾ ਦਿੱਤੀ ਤੇ ਮੁੜ ਘਰ ਬੈਠੀ ਰਾਤ ਸੀ। ਸਹੀ ਇਹ ਗੱਲ ਪਤਾਈਂਦਾ ਬਾਤ ਕੀ ਬਈ ਆਹ ਦਾਲ ਉਹਦੀ ਮਾਂ ਦਿੱਤੀ ਆ ਤੇ ਮੈਂ ਤੈਨੂੰ ਤਾਰ ਤੇ ਵੀ ਥੈ ਸਾਂ ਤੇ ਮੈਂ ਆਹ ਲੱਕੜੀ ਮੰਗਣ ਪੈ ਜਾਣਾ ਹਟ ਕੇ ਮੈਂ ਬੁਆਣੇ ਵਗ ਜਾਣਾ ਤੰਬੂ ਲਵਾ ਲੈ ਢੋਲ ਵਾਜਿਆਂ ਵਾਲੇ ਸਾਧ ਲੈ ਤੇ ਤੂੜੀ ਹੋਵੇ ਤੋਈ ਨਾ ਪਿਓ ਨਾਲ ਫਰਨੀ ਵੀ ਨਹੀਂ ਜਦੋਂ ਤੈਨੂੰ ਮੈਂ ਪਿਆ ਸਿਮਰੋ ਦੀ ਮੇਰੇ ਨਾਲ ਦਾਲ ਹੋਦੀ ਉਹਦੇ ਪਿਓ ਦੀ ਸਿਮਰੋ ਤੇਰੇ ਨਾਲ ਕਦੀ ਗੱਲ ਤੋਂ ਆਉਂਦੀ ਮੈਨੂੰ ਉਸ ਕੋਲ ਮੁਛ ਹੁਕਮ ਦਾ ਤੇ ਮੇਰੇ ਨਾਲ ਹਰ ਵੇ ਕੱਲ ਵੀ ਦੀਗੇ ਅਸੀਂ ਲਮਰਾ ਤੇ ਜਾਰੀ ਤੇ ਬੈਠੇ ਰਹੇ ਸਰਕਾਰ ਜਿੱਤੇ ਅੱਜ ਸਵਾਣੀ ਦਾ ਮੂੰਹ ਆਉਣਾ ਨਾ ਛੇੜਦਾ ਵੀ ਮੈਂ ਇੱਦਾਂ ਉਹਦੀ ਮਾਂ ਵੀ ਨਾਲ ਹੈ ਮੈਂ ਸੋਚ ਨੀ ਆਸਣਾ ਉਹ ਜਾਏ ਆਸਣਾ ਉਸ ਆਸਣਾ ਨਹੀਂ ਤੋਏ ਆਕੜਾ
ਤੇ ਮੁੜ ਇਹ ਹੁੰਦੀਆਂ ਕਿਸਮਤਾਂ ਦੀਆਂ ਗੱਲਾਂ ਤੇ ਯਾਰ ਤੇ ਇਤਨੇ ਮਤਲਬ ਇਤਨੇ ਜੋਗਾ ਬੰਦਾ ਹੋਵੇ ਤੇ ਕਰ ਲਵੇ ਕੀ ਆਖ ਖਾ ਗਲਿਆ ਇਹ ਸਭੋ ਦੇ ਹੱਥੋਂ ਆਖੀ ਜਿਹੜੀ ਚਿੜੀ ਮਗਿਰ ਤੂੰ ਵਧਾ ਹੈ ਨਾ ਉਹਨੂੰ ਮੈਂ ਕੈਦ ਕਰਨਾ ਮੈਂ ਕੈਦ ਹੀ ਕਰ ਲਈ ਹੁਣ ਜਿਹੜਾ ਨੂਰਾ ਹੁੰਦਾ ਉਹ ਕਰ ਦਿੱਤੀ ਤੇਰੀ ਡੋਲੀ ਤੇ ਮੇਰਾ ਏ ਜਨਾਜ਼ਾ ਚੁਰਿਆ ਸਾਰਾ ਗਾਣਾ ਯਾਦ ਕਰੀ ਅਸੀਂ ਡੋਲੀ ਜਿਹੜੀ ਹੈ ਨਾ ਤੇਰੇ ਕੋਲੋਂ ਲੱਗਾ ਕੇ ਲੈ ਜਾਵਣੀ ਸ਼ਰਾਬ ਤੇ ਨਹੀਂ ਲੱਗਣਾ ਖੁਦਕਸ਼ੀ ਵੀ ਆਰਾਮ ਹੁੰਦੀ ਹੈ ਨਾ ਨਸ਼ੇ ਤੇ ਲੱਗਣਾ ਤੇ ਨਾ ਪਿੱਛੋਂ ਗਾਣੇ ਆਉਂਦੇ ਵਤਨਾ ਮੈਨੂੰ ਤੇਰੀ ਲੋੜ ਹੈ ਸ਼ਰਾਬ ਪੀਵਣ ਦੀ ਅੱਛਾ ਬੇ ਸਿਮਰੋ ਇਹਦਾ ਮਤਲਬ ਹੈ ਤੇਰੀ ਇਸ ਨਾਲ ਡੇਟ ਮੇਟ ਹੈ ਹੁਣ ਭਾਵੇਂ ਮੈਨੂੰ ਰੱਥਾਂ ਦੱਸਣੀਆਂ ਪਈਆਂ ਨਾ ਤੇਰਾ ਤਾਂ ਮੈਂ ਉਜਾੜਾ ਹੋ ਤਰੇ ਸਾਂ ਤੈਨੂੰ ਮੈਂ ਇੱਦਾਂ ਨਹੀਂ ਆਉਣ ਦੇਣਾ ਆ ਤੁਹਾਡਾ ਪਰਾ ਅਸਲਾਮ ਅਲੈਕੁਮ ਵਾਲੇਕੁਮ ਸਲਾਮ ਹੋਰ ਕੀ ਹਾਲ ਹੈ ਮੇਰਾ ਪੋਤਰ ਠਰੀ ਆ ਚਾਚਾ ਹੋਰ ਤਬੀ ਅਸਾ ਠੀਕ ਹੈ ਜੀ ਅੱਛਾ ਦਾ ਲੈਣ ਜੇ ਆਂਦੇ ਹੁੰਦੇ ਨੂੰ ਜਿਹੜੀਆਂ ਪੱਤੇ ਨਾ ਅੰਦਰਾਂ ਦੇ ਵਿੱਚ ਪਰਾਣਿਆਂ ਦੇ ਅੱਦੇ ਉਹੇ ਹੁੰਦੀਆਂ ਹੈ ਜੀ ਹੁਣ ਤੋ ਮੁੜ ਤੀ ਸੋਚਿਆ ਮੇਰਾ ਪੋਤਰ ਗੱਲ ਹੈ ਮੈਂ ਤਾਂ ਇੱਥੇ ਆਪ ਹੋਣਾ ਸੀ ਤੇਰਾ ਪੋਤਰ ਮੇਰੀ ਗੱਲ ਹੈ ਸੁਣ ਬਈ ਤੇਰਾ ਪਿਓ ਫੌਤ ਹੋਇਆ ਤੂੰ ਨਿੱਕਾ ਜਿਹਾ ਮਿਹਨਤ ਹੀ ਲੱਗੋ ਤੂੰ ਬੱਕਰੀਆਂ ਦਾ ਸਾਥ ਨਾ ਛੱਡਿਆ ਬਿਲਕੁਲ ਨਹੀਂ ਛੱਡਿਆ ਪਾਲ ਪੋਸ ਕੇ ਵੱਡੇ ਇਸ ਟਾਈਮ ਨਵੇਂ ਬੱਚਰੀ ਮੇਰੇ ਤੋਂ ਲਈ ਤਰੀ ਆਪਣੀਆਂ ਤੇ 60 ਦੇ ਵਿੱਚ ਹਿੱਸਾ ਹੈ ਮਾਸ਼ਾਅੱਲਾ ਮਾਸ਼ਾਅੱਲਾ ਕਿਤਰਾ 4 ਲੱਖ ਰੁਪਇਆ ਬਹਿੰਤੇ ਚ ਵੀ ਪਿਆ ਮੇਰਾ ਪੋਤ ਮੈਂ ਤਾਂ ਇੱਥੇ ਕੰਨਾ ਤਾਂ ਇਰਾਦੀ ਨਹੀਂ ਠੀਕ ਹੋ ਗਿਆ ਮੈਂ ਤੈਨੂੰ ਹਾਂ ਕਰ ਛੱਡੀ ਠੀਕ ਹੋ ਗਿਆ ਤਾਂ ਮੇਰਾ ਪੋਤ ਤੂੰ ਵੇਲੇ ਨਾਲ ਆਪਣਾ ਔਰ ਕਰ ਠੀਕ ਹੋ ਗਿਆ ਮੇਰੇ ਲਈ ਹਾਂ ਅੱਜ ਮੈਂ ਤੈਨੂੰ ਜ਼ਬਾਨ ਤੇਰਾ ਭਲਾ ਹੋਵੇ ਮੈਂ ਇਹ ਜ਼ਬਾਨ ਤੈਨੂੰ ਕਰ ਛੱਡੀ ਤੋ ਮੇਰਾ ਨੱਥ ਰੱਥ ਲਿਆ ਮੇਰੀ ਪਦੜੀ ਨਹੀਂ ਢਾਣ ਦਿੱਤੀ ਅੱਲਾ ਪਾਤ ਤੈਨੂੰ ਖੁਸ਼ ਰੱਖੇ ਮੈਂ ਤਾਂ ਦੁਆ ਦਿੰਦਾ ਪਿਆ ਸਾਰੀ ਜ਼ਿੰਦਗੀ ਦੁਆ ਦੇਸਾਂ ਚਲੋ ਮੇਰੀ ਦੁੱਲੀ ਪੱਥ ਜਾ ਸੀ ਹੋਰ ਤੇੜਾ ਰੋਲਾ ਹੈ ਤੈਨੂੰ ਪਤਾ ਦਰਦ ਵਿੱਚ ਉਹਨੂੰ ਚੜੀ ਆਉ ਤੂੰ ਠੀਕ ਠਾਕ ਮੇਰੇ ਸਿਰ ਤੇ ਹੱਥ ਰੱਖ ਮੈਂ ਇਹਨੂੰ ਸਿਮਰੋ ਵਾਸਤੇ ਚੁਣ ਲਈ ਮੈਂ ਇਹਨੂੰ ਦੇ ਛੱਡੀਏ ਮੈਂ ਜ਼ਬਾਨ ਕਰ ਛੱਡੀਏ ਮੈਂ ਜ਼ਬਾਨ ਕੀਤੀ ਖੜੀ ਹਾਂ ਮਵਾਜਦ ਨਾਲ ਮੇਰੀ ਜ਼ਬਾਨ ਕੋਈ ਸ਼ੇਕਾ ਨਹੀਂ ਮੈਂ ਹੁਣ ਬੱਗੀ ਦਾੜੀ ਨਾਲ ਜ਼ਬਾਨ ਕੀਤੀ ਬੈਠਾ ਮੇਰੇ ਤੇ ਜਿੱਥੇ ਮੇਰੀ ਜੀ ਖੁਸ਼ ਹੋ ਸੀ ਮੈਂ ਉੱਥੇ ਰਿਸ਼ਤਾ ਕਰਿਆ ਸੀ ਉਹ ਮਾਸੀ ਤੇ ਵਾਜਦ ਦੇ ਤੋਂ ਛੇ ਹੱਥੇ ਨੂੰ ਜਿਹਦੇ ਨਾਲ ਜ਼ਬਾਨ ਤਾਰ ਲਈ ਮੈਂ ਕਿਹਾ ਮੈਂ ਰਿਸ਼ਤਾ ਬਸ ਮੈਂ ਦੇ ਲਈ ਤੇ ਮੇਰੀ ਜੀ ਦਾ ਵੀ ਦੇ ਲਈ ਮੈਂ ਹਾਂ ਕਰ ਛੋੜੀ ਆਪਣੀ ਜੀ ਦੀ ਵਾਸਤੇ ਮੇਰੀ ਇੱਕ ਗੱਲ ਸੁਣ ਲੈ ਸੁਣਾ ਮੈਂ ਵਾਜਦ ਨੂੰ ਚੰਗੀ ਤਰ੍ਹਾਂ ਜਾਣਦਾ ਤੇ ਪੱਜੜੀ ਤੇਰੇ ਸਿਰ ਤੇ ਹੀ ਆ ਉਹਦੇ ਸਿਰ ਤੇ ਚਾਚਾ ਮੈਂ ਗੱਲ ਪੁੱਤ ਕਰੇਂਦਾ ਨਹੀਂ ਬੈਠਾ ਮੇਰੀ ਗੱਲ ਸੁਣ ਮੈਂ ਵਾਜਦ ਨੂੰ ਚੰਗੀ ਰੀਤੀ ਜਾਣਦਾ 3 ਮਹੀਨਿਆਂ ਤੋਂ ਅਸੀਂ ਦਿਨ ਹੁੰਦਾ ਜਿਹੜੀ ਉਹ ਦੇਗਾਂ ਪਕਾਈਂਦਾ ਉਸ ਤੋਂ ਬਾਅਦ ਉਹ ਵੇਲਾ ਨਹੀਂ ਖੱਟੂ ਸਿਗਰਟ ਮੰਗ ਕੇ ਪੀਂਦਾ ਵਾ ਹੁੰਦਾ ਮੈਂ ਉਹਦੇ ਸਾਰੇ ਚਾਲੇ ਕੋਈ ਨਹੀਂ ਮੰਗਦਾ ਜੋ ਵੀ ਹੈ ਰੋਟੀ ਤਾਂ ਖੋਏ ਸੀ ਨਾ ਲੈ ਰੋਟੀ ਤਾਂ 3 ਮਹੀਨੇ ਥਵਾਏ ਤੇ 9 ਮਹੀਨੇ ਪੀਣਾ ਹੈ ਨਾ ਮੈਂ ਵਾਲੀ ਬਸ ਵਾਜਦ ਵਾਸਤੇ ਰਿਸ਼ਤਾ ਅਸਲਾਮ ਅਲੈਕੁਮ ਵਾਲੇਕੁਮ ਸਲਾਮ ਅਮਾ ਕੀ ਹਾਲ ਹੈ ਠੀਕ ਮੇਰਾ ਪੁੱਤਰ ਠੀਕ ਹੈ ਸ਼ੁਕਰ ਅੱਲਾਹ ਆ ਬਹੁ ਇਹ ਕਿਤੇ ਹਰ ਐਰਾ ਘਰ ਹੈ ਜਿਹੜਾ ਹੈ ਨਾ ਆ ਕੇ ਤਮੰਜੀ ਤੇ ਚੜ ਕੇ ਬਹਿ ਗਿਆ ਮੈਂ ਬਸ ਜੋ ਆਖਿਆ ਨਾ ਮੈਂ ਰਿਸ਼ਤਾ ਵਾਜ ਨਹੀਂ ਦੇ ਸਾਨੂੰ ਨਾ ਉਹ ਰਿਸ਼ਤਾ ਨਹੀਂ ਦੇਣ ਪਰ ਆਓ ਤੇਰੇ ਕੋਲ ਇੱਕ ਬੋਮ ਦੀ ਮੈਂ ਰੱਖਿਓ ਇਹ ਮੂੰਹ ਤੇ ਮੁੱਛ ਸਮਝ ਆਈ ਤੇ ਜਿਹੜੀ ਮੈਂ ਕਰ ਛੱਡੀ ਨਾ ਇਹ ਹੀ ਲੋਹੇ ਤੇ ਲੀਕ ਮੈਂ ਦੇਣੀ ਹੈ ਦੀ ਤੇ ਸਿਰਫ ਤਲੂਨ ਦੇਵਣੀ ਹੈ ਮੁਬਾਰਕ ਹੋਵੇ ਕੋਈ ਨਹੀਂ ਦੇਵਣੀ ਚਾਚਾ ਮੈਂ ਤੁਸੀਂ ਮੈਂ ਟਕਰੇ ਕੋਈ ਨਾ ਤੇ ਅੱਬੇ ਨੂੰ ਮੈਂ ਜਾ ਕੇ ਗੱਲ ਕੀਤੀ ਤੇ ਅੱਬੇ ਆਖਿਆ ਉਹ ਮੇਰਾ ਨਿੱਕਿਆ ਲਾ ਮੈਂ ਵਰਿਆਮ ਦਾ ਛੋਰ ਹਾਂ ਪਤਾ ਨੂੰ ਤੇ ਉਸ ਆਖਿਆ ਮੇਰਾ ਨਿੱਕਿਆ ਪਤਾ ਵੀ ਤੂੰ ਵਰਿਆਮ ਦਾ ਛੋਰ ਹੈ
ਯਾ ਲੋਟਾਂ ਦੱਸਿਆ ਆ ਚਾਚੇ ਦੇ ਸਾਹਮਣੇ ਮਜ਼ਾਕ ਨਾ ਕਰੋ ਮੇਰਾ ਪਿਓ ਬੈਠੀ ਆ ਗਿਆ ਗੱਲ ਮੋਕਦਾਈ ਏ 100 ਆਸ ਰਸਾ ਤੇ ਸਿਰੇ ਤੇ ਡੱਡ ਮੇਰੇ ਤੋਂ ਲੂ ਬੋਮ ਦੀ ਆ ਨਾ ਬਥਰੀਆਂ ਵਾਲੇ ਚਾਚਾ ਹੁਣ ਦਾ ਲੈਂਜੇ ਤਲ 5 ਤੋਲਾ ਸੋਨਾ ਉਹ ਵੀ ਮੈਂ ਲਾਇਆ ਆਵਣਾ ਤਰਾਤ ਸਮਾਨ ਦਾ ਵੀ ਮੈਂ ਲਾਇਆ ਆਵਣਾ ਠੀਕ ਤੇ ਮੈਂ ਆ ਬਥਰੀਆਂ ਵਾਲਾ ਮੇਰੇ ਤੋਂ ਲੂ ਮੁੰਦਣਾ ਦੀ ਬੋਮ ਦੀ ਆ ਲੈ ਵੀ ਤਰਮਾ ਲਿਆ ਤਲ ਯਾ ਤੋਏ ਲਾਇਆ ਆਵਣਾ ਤੇ ਯਾ ਮੈਂ ਲਾਇਆ ਆਵਣਾ ਫੈਸਲਾ ਹੁਣ ਇੱਥੇ ਉਸੇ ਬੋਲ ਕੌਣ ਸੋਣ ਵਾਜੇ ਤੈਨੂੰ ਚੁਣੀ ਬੈਠੀ ਆ ਸੋਣ ਓਏ ਉਹਦੇ ਥੀ ਵੇ ਨਾ ਮੈਨੂੰ ਦਾਲ ਦੱਸ ਤੇ ਚਾਚੇ ਨੂੰ ਤਾਂ ਲੈ ਮੈਂ ਸੁਣੀ ਬੈਠੀ ਆ ਮੇਰੇ ਲੈ ਗੱਲ ਚਾ ਗੱਲ ਸੁਣ ਆਏ ਮੇਰਾ ਹੁਣ ਸੀਜ਼ਨ ਸ਼ਾਦੀਆਂ ਦਾ ਸ਼ੁਰੂ ਹੋ ਗਿਆ ਆ ਗਈ ਸਮਝ ਇਹ ਬੱਕਰੀਆਂ ਵਾਲਾ ਬੋਲ ਜੋਸ ਇਤਨੀ ਮੈਨੂੰ ਟੇਪ ਦਿੰਦੀ ਤੇ ਇਤਨੇ ਮੈਂ ਬੈਠ ਰਹੇ ਤੇ ਕੰਮ ਕਰਦਾ ਇਤਨੇ ਆਰਡਰ ਦਿੰਦੇ ਨਾ ਮੇਰੇ ਦਿਹਾੜੀ ਦੇ 2000 ਰੁਪਇਆ ਬਣਦਾ ਮੈਨੂੰ ਇਹ ਦੱਸੋ ਦਿਹਾੜੀ ਦਾ 2000 ਤਰਾਏ ਮਹੀਨੇ ਤਾਂ ਤੂੰ ਧੰਦਾ ਤਰੇ ਨਾ ਤੇ ਪਿਛਲੇ 9 ਮਹੀਨੇ ਮੁਰਤਾ ਸਾਚਾ ਤੇ ਤੂੰ ਵੀ ਪਿੰਸੇ ਤੇ ਉਹ ਵੀ ਪਿੰਸੇ ਮੇਰੀ ਧੀ ਨੂੰ ਤੂੰ ਖਵਾ ਸਕਦਾ ਕਿ ਨਹੀਂ ਮੈਂ ਜ਼ਿੰਮੇਦਾਰੀ ਨੂੰ ਵੇਖਣਾ ਤੂੰ ਜ਼ਿੰਮੇਦਾਰ ਨਹੀਂ ਮੈਂ ਬਥਰੀਆਂ ਲਾਣ ਤੂੰ ਚਿੱਟ ਚਪੜੀਆਂ ਆਪਣੀ ਜੇਬ ਵਿੱਚ ਉਟਾ ਚ ਫੋਨ ਤੜ ਤੇ ਵੀ ਥਾ ਜਲਦੀ ਸਰ ਤੁਹਾਡੋ ਅਗਲੀ ਗੱਲ ਨੀ ਹੋਵੇਂਦੀ ਤਿਆਰੀ ਤਰਾਂ ਤੇ ਤੂੰ ਇੱਥੇ ਥੱਲੋਂ ਉਹ ਜਿਹੜਾ ਸੁਣਾਇਆ ਯਾ ਹੀਰ ਤੇ ਰਾਂਝੇ ਵਾਲਾ ਯਾਦ ਆਈ ਬਲਾ ਟੇੜਾ ਉਸ ਜਿਹੜੇ ਬੜਾ ਆਉਂਦਾ ਪਿਆ ਤੇਰੀ ਡੋਲੀ ਤੇਰਾ ਏ ਜਨਾਜ਼ਾ